ਉਸ ਵੇਲੇ ਤੱਕ ਰਣਜੀਤ ਸਿੰਘ ਦੇ ਕੋਲ ਜ਼ਫਰ ਜੰਗ ਤੋਪ ਸੀ, ਫਤਿਹ ਜੰਗ ਤੋਪ ਸੀ, ਜੰਗੇ ਬਿਜਲੀ ਸੀ, ਜਬਰ ਜੰਗ ਸੀ। ਇਹ ਚਾਰ ਤੋਪਾਂ ਜਿਹੜੀਆਂ ਸੀਗੀਆਂ ਇਹਨਾਂ ਨੂੰ ਬਣਾਉਣ ਵਾਲਾ ਇੱਕ ਸਿੱਖ ਕਾਰੀਗਰ ਸੀ ਸਰਦਾਰ ਲਹਿਣਾ ਸਿੰਘ ਮਜੀਠੀਆ। ਲਹਿਣਾ ਸਿੰਘ ਮਜੀਠੀਆ ਰਣਜੀਤ ਸਿੰਘ ਦੇ ਰਾਜ ਦਾ ਉਹ ਜਰਨੈਲ ਸੀ ਜਿਹਨੂੰ ਸਾਹਿਬੇ ਕਦਰ ਕਿਹਾ ਜਾਂਦਾ ਸੀ, ਜੇ ਤੁਸੀਂ ਕਹਿ ਸਕੋ ਤਾਂ ਅੱਜ ਦੇ ਰਾਜ ਦਾ ਸਾਇੰਟਿਸਟ, ਵਿਗਿਆਨੀ। ਉਸ ਬੰਦੇ ਨੇ ਜੋ ਕੁਛ ਬਣਾਇਆ ਤੁਸੀਂ ਹੈਰਾਨ ਹੋ ਜਾਵੋਗੇ। ਉਸ ਸਮੇਂ ਦੇ ਵਿੱਚ ਪਹਿਲੀ ਘੜੀ ਜਿਹੜੀ, ਇਹ ਗੱਲ ਵੱਖਰੀ ਹੈ ਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਨਕਾਰਾਤਮਕ ਪੱਖ ਅਸੀਂ ਬਹੁਤ ਜ਼ਿਆਦਾ ਜਿਹੜੇ ਨੇ ਉਹਨਾਂ ਨੂੰ ਛੋਹਨੇ ਹਾਂ, ਸਕਾਰਾਤਮਕ ਪੱਖ ਜਿਹੜੇ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਧੂਲ 'ਚ ਦੱਬ ਦਿੰਦੇ ਹਾਂ। ਪਹਿਲੀ ਘੜੀ ਦੁਨੀਆ ਦੇ ਵਿੱਚ ਜਿਹੜੀ ਬਣੀ ਹੈ, ਜਿਹੜੀ ਚੰਦਰਮਾ ਦੇ ਆਕਾਰ ਦੇ ਮੁਤਾਬਕ, ਚੰਦਰਮਾ ਦੀ ਜਿਹੜੀ ਉਹਦੇ ਮੁਤਾਬਕ ਦੱਸਦੀ ਸੀ ਕਿ ਕਿੰਨੀਆਂ ਘੜੀਆਂ ਘੱਟ ਰਿਹਾ ਅਤੇ ਕਿੰਨਾ ਵੱਧ ਰਿਹਾ, ਉਹ ਸਿੱਖ ਰਾਜ ਦੇ ਸਰਦਾਰ ਲਹਿਣਾ ਸਿੰਘ ਨੇ ਤਿਆਰ ਕੀਤੀ। ਇਸ ਨੂੰ ਬ੍ਰਿਟਿਸ਼ ਇਤਿਹਾਸਕਾਰ ਮੰਨਦੇ ਨੇ। ਦੁਨੀਆ ਦੀ ਪਹਿਲੀ ਟ੍ਰਿਪਲ ਬੈਰਲ ਗਨ ਜਿਹਦੀਆਂ ਤਿੰਨ ਨਾਲੀਆਂ ਸੀ, ਜਿਹੜੀ ਬਾਅਦ ਵਿੱਚ ਲਾਹੌਰ ਦੇ ਕਿਲ੍ਹੇ 'ਚ ਪਈ ਰਹੀ ਹੈ, ਉਹ ਸਰਦਾਰ ਲਹਿਣਾ ਸਿੰਘ ਨੇ ਤਿਆਰ ਕੀਤੀ। ਦੁਨੀਆ ਦੀ ਪਹਿਲੀ ਬੰਦੂਕ ਸੀ ਜਿਸ ਦੀਆਂ ਤਿੰਨ ਨਾਲੀਆਂ ਸੀ। ਪਹਿਲੀਆਂ ਉਹ ਜਿਹੜੀਆਂ ਤੋਪਾਂ ਸੀ ਤਿਆਰ ਕੀਤੀਆਂ ਗਈਆਂ ਸਰਦਾਰ ਲਹਿਣਾ ਸਿੰਘ ਦੇ ਵੱਲੋਂ, ਜਿਹੜੀਆਂ ਅਜੇ ਤੱਕ ਦੁਨੀਆ 'ਤੇ ਨਹੀਂ ਸੀ ਤਿਆਰ ਹੋਈਆਂ। ਅੱਜ ਤੁਸੀਂ ਗਲਾਸਾਂ ਦੀ ਜਗ੍ਹਾ 'ਤੇ ਉੱਪਰ ਡਿਸਪੋਜ਼ੇਬਲ ਗਲਾਸ ਵਰਤਦੇ ਹੋ ਨਾ, ਡਿਸਪੋਜ਼ੇਬਲ ਪਲੇਟਾਂ ਵਰਤਦੇ ਹੋ, ਵੀ ਇੱਕ ਵਾਰੀ ਵਰਤੀ ਅਤੇ ਸੁੱਟ ਦਿੱਤੀ, ਅਜੇ ਤੱਕ ਇਹ ਚੀਜ਼ ਤਿਆਰ ਨਹੀਂ ਹੋਈ। ਸਰਦਾਰ ਲਹਿਣਾ ਸਿੰਘ ਨੇ ਪਹਿਲੀ ਵਾਰੀ ਉਹ ਤੋਪਾਂ ਚਮੜੇ ਦੀਆਂ ਤਿਆਰ ਕੀਤੀਆਂ ਜਿਹੜੀਆਂ ਜੰਮੂ ਔਰ ਲੱਦਾਖ ਅਤੇ ਤਿੱਬਤ ਨੂੰ ਫਤਿਹ ਕਰਨ ਵਾਸਤੇ ਵਰਤੀਆਂ ਗਈਆਂ, ਜਿਹੜੀਆਂ ਬਹੁਤ ਹਲਕੀਆਂ ਸੀ, ਚਮੜੇ ਦੀਆਂ ਬਣੀਆਂ ਸੀ, ਇੱਕੋ ਵਾਰੀ ਹੀ ਚੱਲਦੀਆਂ, ਬਾਅਦ 'ਚ ਸੁੱਟ ਦਿੱਤੀਆਂ ਜਾਂਦੀਆਂ ਸੀ। ਇਹ ਸਿੱਖ ਰਾਜ ਦੇ ਸਮੇਂ ਤਿਆਰ ਹੋਈਆਂ। ਹਰਿਮੰਦਰ ਸਾਹਿਬ ਜਾਂਦੇ ਹੋ ਮੱਥਾ ਟੇਕਣ ਦੇ ਵਾਸਤੇ, ਜਦੋਂ ਤੁਸੀਂ ਦਰਸ਼ਨੀ ਡੇੜੀ ਤੋਂ ਹਰਿਮੰਦਰ ਸਾਹਿਬ ਨੂੰ ਜਾ ਰਹੇ ਹੁੰਦੇ ਹੋ, ਇੱਕ ਪੱਥਰ ਦੇ ਉੱਪਰ ਇੱਕ ਘੜੀ ਲੱਗੀ ਹੈ, ਜ਼ਰੂਰ ਵੇਖਿਓ। ਅੱਜ ਵੀ ਇੱਕ ਲੋਹੇ ਦੇ ਟੁਕੜੇ ਦੀ ਤਕੂਨ ਹੈ, ਥੱਲੇ ਉਹਦੇ ਹਿੰਸੇ ਲਿਖੇ ਹੋਏ ਨੇ, ਅੰਕ ਲਿਖੇ ਹੋਏ ਨੇ। ਉਹ ਧੁੱਪ ਦੇ ਨਾਲ ਵਕਤ ਦੱਸਣ ਵਾਲੀ ਪਹਿਲੀ ਘੜੀ ਹੈ ਜਿਹੜੀ ਸਰਦਾਰ ਲਹਿਣਾ ਸਿੰਘ ਨੇ ਤਿਆਰ ਕਰਕੇ ਰਣਜੀਤ ਸਿੰਘ ਨੂੰ ਦਿੱਤੀ ਅਤੇ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਚਲਵਾ ਦਿੱਤੀ। ਸੋ ਸਾਇੰਟਿਫਿਕ ਪੱਖ ਤੋਂ, ਜਿਸ ਨੂੰ ਸਾਹਿਬੇ ਕਦਰ ਕਿਹਾ ਗਿਆ, ਸਿੱਖਾਂ ਦਾ ਸਾਇੰਟਿਸਟ ਕਿਹਾ ਗਿਆ, ਕਿੱਥੇ ਅਸੀਂ ਲੋਕਾਂ ਨੂੰ ਦੱਸ ਸਕੇ ਹਾਂ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਫੌਜੀ ਪੱਖ ਤੋਂ, ਅਸਲੇ ਦੇ ਪੱਖ ਤੋਂ ਜਿਹੜਾ ਐਮੂਨੇਸ਼ਨ ਸੀ ਜਾਂ ਉਹਦੇ ਜਿਹੜੇ ਵਾਰ ਵੈਪਨ ਸੀ, ਉਹਨਾਂ ਦੇ ਉੱਪਰ ਕਿੰਨੀਆਂ ਵੱਡੀਆਂ ਖੋਜਾਂ ਹੋਈਆਂ। ਅਜੇ ਤੱਕ ਸਿੱਖਾਂ ਨੇ ਇੱਕ ਡਿਬੇਟ ਨਹੀਂ ਕੀਤੀ ਇਹਦੇ ਉੱਪਰ, ਇੱਕ ਗੋਸ਼ਟੀ ਨਹੀਂ ਹੋ ਸਕੀ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਜਿਹੜੀ ਕੈਨਨਸ ਦੀ, ਗਨਸ ਦੀ, ਰਾਈਫਲ ਦੀ ਇਹ ਡਿਵੈਲਪਮੈਂਟ ਹੋਈ ਹੈ, ਅਸੀਂ ਉਹਦੇ ਬਾਰੇ ਕੋਈ ਚੰਗਾ ਸਵਾਦ ਕਿਉਂ ਨਹੀਂ ਛੇੜ ਸਕੇ। ਦੁਨੀਆ ਦੇ ਵਿੱਚ ਤਾਂ ਕਿਸੇ ਰਾਜੇ ਨੇ ਇੱਕ ਤੀਰ ਕਮਾਨ ਵੀ ਬਣਾਇਆ ਹੋਵੇ, ਉਹਨਾਂ ਮਿਊਜ਼ੀਅਮ ਬਣਾ ਦਿੱਤੇ ਵਿਦੇਸ਼ੀਆਂ ਨੇ, ਵੇਖਣ ਵਾਸਤੇ ਲੋਕ ਜਾਂਦੇ ਨੇ। ਅਜੇ ਤੱਕ ਸਾਡੇ ਵਿੱਚ ਇਹ ਸਵਾਦ ਹੀ ਨਹੀਂ ਰਚਿਆ ਜਾ ਸਕਿਆ ਕਿ ਰਣਜੀਤ ਸਿੰਘ ਦੇ ਸਮੇਂ ਕੁਝ ਨਾ ਕੁਝ ਸਾਇੰਸ ਦੀਆਂ ਖੋਜਾਂ ਵੀ ਤਾਂ ਹੋਈਆਂ ਹੋਣਗੀਆਂ ਨਾ ਸਿੱਖ ਰਾਜ ਦੇ ਵਿੱਚ, ਉਹ ਖੋਜਾਂ ਕਿੱਥੇ ਨੇ। ਸਭ ਤੋਂ ਵੱਡੀ ਤੋਪ ਜਿਹੜੀ ਜਿਹੜੀ ਸਟੀਲ ਦੀ ਸੀ, ਉਹ ਤੋਪ ਜਿਹੜੀ ਸੀ ਉਹਨਾਂ ਸਮਿਆਂ 'ਚ ਬਣੀ ਜਿਸ ਨੂੰ ਸੂਰਜਮੁਖੀ ਕਿਹਾ ਗਿਆ, ਕਿ ਜਿਹਦੇ ਤੋਂ ਲਗਾਤਾਰ ਸਭ ਤੋਂ ਵੱਧ ਗੋਲੇ ਦਾਗੇ ਜਾ ਸਕਦੇ ਸੀ, ਪਰ ਉਹਦੀ ਬੈਰਲ ਗਰਮ ਨਹੀਂ ਸੀ ਹੁੰਦੀ, ਜਿਹਨੂੰ ਵੇਖ ਕੇ ਅੰਗਰੇਜ਼ ਆਫਿਸਰ ਹੈਰਾਨ ਹੋ ਗਏ ਸੀਗੇ। ਉਹ ਤੋਪ ਵੀ ਸਿੱਖਾਂ ਨੇ ਤਿਆਰ ਕੀਤੀ।